आ, एक बार बार पूछा जा रहा है कुछ विद्यार्थी की असं हूँ फॉर्म भर हैं बिल्कुल भर सकते हैं ये देख सकते दे हो यूनिवर्सिटी की वैबसाइट पर है ती जुलाई तक दो हज़ार चौबीस तक तो फॉर्म फिल कर सकते हो जिनी फीस पहला सी उस तो अलग पंद्रह सौ रुपये फीस लगेगी और तीह तरीक तक सेम प्रोसीजर के जरिए फिल कर सकते हो इंट्रस्टिड कैंडीडेट हू हैव नॉट रजसटर्ड औरव नॉट पेड ना रजिस्टर हो ना पे की है एक कैटेगरी है ਕੈਨ ਫਿਲ ਫਰੈਸ਼ ਫਾਰਮ ਬਾਈ ਪੇਇੰਗ ਫੀਸ ਲੇਟ ਫੀਸ ਰੁਪਿਸ 1500 ਅਲੋਂਗ ਵਿਦ ਐਪਲੀਕੇਸ਼ਨ ਫਾਰਮ ਅ ਫੀ ਐਸ ਪ੍ਰਿਸਕ੍ਰਾਈਬਡ ਔਨ ਵੈਬਸਾਈਟ ਜਿਹੜੀ ਲਗਭਗ 2900 ਜਨਰਲ ਕੈਟਾਗਰੀ ਦੀ ਰਿਜ਼ਰਵ ਕੈਟਾਗਰੀ ਦੀ ਹਾਫ ਲੱਗਣੀ ਆ ਉਹ ਨਾਲ ਹੋਏਗੀ ਸੋ ਬੇਸ਼ੱਕ ਕਿ ਤੁਹਾਨੂੰ ਲੱਗਦਾ ਹੈ ਕਿ ਇਹ 1500 ਪਲੱਸ 2900 ਲਗਭਗ 44400 ਰੁਪਿਆ ਬਣ ਜਾਏਗਾ ਪਰ ਇਹ ਬੈਟਰ ਹੈ ਕਿ ਤੁਸੀਂ ਫਾਰਮ ਫਿਲ ਕਰ ਦੋ ਕਿਉਂਕਿ ਮੈਨੇਜਮੈਂਟ ਕੋਟਾ 'ਚ ਜਾਣਾ ਪੈ ਸਕਦਾ ਹੈ ਮੈਨੇਜਮੈਂਟ ਕੋਟਾ ਨੇ ਵੀ ਫੀਸ ਲੈਣੀ ਹੈ ਸ਼ਾਇਦ ਉਹ 2900 ਫੀਸ ਲੈਣਗੇ ਲੇਕਿਨ ਜੇ ਮੈਨੇਜਮੈਂਟ ਕੋਟਾ 'ਚ ਜਾਣੇ ਆ ਤੁਹਾਡੇ 30 40 50000 20000 ਕੁਝ ਰਕਮ ਇਹ ਵਾਧੂ ਲੱਗਣੀ ਹੈ ਸੋ ਉਸ ਤੋਂ ਤੁਸੀਂ ਬਚ ਸਕਦੇ ਹੋ ਸਾਨੂੰ ਇਹ ਵਿੱਚ ਮੇਰੇ ਵੱਲੋਂ ਜੀ ਗਾਈਡੈਂਸ ਲੈਣੀ ਹੈ ਇਹਦੇ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ ਦੂਸਰੀ ਕੈਟਾਗਰੀ ਹੈ ਜਿਹੜੇ ਵਿਦਿਆਰਥੀਆਂ ਨੇ ਫਾਰਮ ਜਿਹੜੇ ਹੂ ਹੈਵ ਨਾਟ ਕੰਪਲੀਟਡ ਦਿ ਫਾਰਮ ਫਾਰਮ ਕੰਪਲੀਟ ਨਹੀਂ ਸੀ ਹੋਇਆ ਲੇਕਿਨ ਉਹਨਾਂ ਨੇ ਜੋ 2900 ਰੁਪਿਆ ਜਾਂ 1450 ਫੀਸ ਸੀ ਉਹ ਜਮਾ ਕਰਵਾ ਦਿੱਤੀ ਹੈ ਤੇ ਉਹ ਆਪਣੀ ਇਹ ਕੰਪਲੀਟ ਕਰ ਸਕਦੇ ਹਨ ਉਹਨਾਂ ਦੀ ਵੀ ਲੇਟਸ ਫੀਸ 500 ਲੱਗੇਗੀ ਲੇਕਿਨ ਉਹਨਾਂ ਨੂੰ ਫਿਜ਼ੀਕਲੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਾਣਾ ਪਏਗਾ ਕੰਪਿਊਟਰ ਸੈਂਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਫਾਰ ਥਿਸ ਪਰਪਸ ਸੋ ਚਿੰਤਾ ਨਹੀਂ ਲੈਣੀ ਸਮਝਣਾ ਹੈ ਉਸ ਤੋਂ ਬਾਅਦ ਕਰਨਾ ਹੈ ਮੈਂ ਤਿੰਨ ਗੱਲਾਂ ਦਸੀਆਂ ਹਨ ਮੈਨੇਜਮੈਂਟ ਕੋਟੇ ਤੋਂ ਬਚਣਾ ਹੈ ਉਸ ਲਈ ਇੰਟਰਸੈਕਟਸ ਅਪੀਅਰ ਹੋਣਾ ਹੈ ਅਜੇ ਤੀਤ੍ਰਿਕ ਲਾਸਟ ਹੈ 1500 ਬੇਸ਼ੱਕ ਤੁਹਾਨੂੰ ਲੱਗੇਗਾ ਚੁੱਬੇਗਾ ਪਰ ਨਹੀਂ ਬਾਅਦ ਵਿੱਚ ਮੈਨੇਜਮੈਂਟ ਕੋਟਾ ਜ਼ਿਆਦਾ ਚੁੱਬੇਗਾ ਥੈਂਕ ਯੂ